ਹੁਣ ਸ਼ੁਰੂ ਹੋ ਗਿਆ ਕੰਮ ਗੁਰੂ ਸਾਹਿਬ ਜੀ ਦਾ ਵੇਖੋ ਨਹੀਂ ਤੁਸੀਂ ਅਜੇ ਤੁਹਾਨੂੰ ਪਿੰਡ ਹੀ ਦਿਖਾਇਆ ਹੁਣ ਅਸਾਂ ਸਵਾਲ ਕਰੀਏ ਪਹਾੜੀਆਂ ਦਿਖਾਵਾਂਗੇ ਤੁਸੀਂ ਵੇਖੀ ਜਾਓ ਜਿਹੜੀ ਟੋਟਲ ਕਬਜ਼ੇ ਚ ਜਿਹੜੀ ਹੁਣ ਤੱਕ ਲੋਕਾਂ ਦੇ ਕਬਜ਼ੇ ਚ ਇੱਕ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਪੂਰੀ ਹਰ ਚੀਜ਼ ਆ ਗਈ ਸਾਡੇ ਕੋਲ ਜਿਹੜਾ 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 ਬਾਕੀ ਬਚਿਆ ਨਾ ਵਾਹੀ ਯੋਗ ਸ਼ਬਦ ਸੋਚੋ ਜਿਹੜੀ ਵਗਦੀ ਆ ਜਿਹੜੀ ਲੋਕਾਂ ਦੀ ਖੇਤੀ ਵਾਲੀ ਜ਼ਮੀਨ ਉਹ 21,103 ਏਕੜ ਨੇ ਜਿਹੜੇ ਅਜੇ ਹੀ ਕਬਜ਼ਾ ਲੈਣਾ ਹਾਂ 103 ਇਹ ਵਾਹੀ ਯੋਗ ਆ ਜਿਹੜੀ ਵਾਹੀ ਯੋਗ ਦੀ ਜਿੱਦਾਂ ਪਹਾੜ ਨੇ ਦਰਿਆਵਾਂ ਦੇ ਕੰਢੇ ਆ ਕਈ ਆ ਉਹ ਤਾਂ ਬਹੁਤ ਜ਼ਿਆਦਾ ਆ ਇਹ ਉਹ ਜ਼ਮੀਨ ਆ ਜਿਹੜੀ ਕਰੰਟਲੀ ਜਿੱਤੇ ਅਸੀਂ ਕੰਮ ਕਰ ਰਹੇ ਸਮਝ ਦੇਖਦੀ ਗੱਲ ਇਹ ਅਸੀਂ ਕਰੰਟਲੀ ਜਿੱਤੇ ਕਰ ਰਹੇ ਔਰ ਮੇਰਾ ਖਿਆਲ ਆ ਕਿ ਅਸੀਂ ਐਤਕਾ ਜਿਹੜੀ 10 ਜੂਨ ਤੱਕ ਇਹਦੇ ਚੋਂ 6,000 ਦੇ ਕਰੀਬ ਏਕੜ ਜਿਹੜੀ ਉਹ ਛੱਡਾ ਜਾਣੇ ਅਸੀਂ ਜਿਹੜੇ ਕਲੀਅਰ ਕਰਤੇ ਸੀ ਪੇਪਰ ਵਰਕ ਸਾਰਾ ਕੰਪਲੀਟ ਕਰਨਾ ਉਹ ਸਭ ਤੋਂ ਗੈਰ ਵਾਈ ਜੋਗ ਵੀ ਇਹ ਟੋਟਲ ਮਿਲਾ ਕੇ ਸਾਡੀ 50,000 ਬਣਦੀ ਸੀਗੀ 30,000 ਉਹ ਆ ਬਾਕੀ ਇਹ 20,000 ਦੇ ਇਕੱਲਾ ਰਸਤਾ ਨੀਗਾ ਜਿਹੜੀ ਉਹ ਜ਼ਮੀਨ ਆ ਪਤਾ ਕਿਹਦੀ ਉਹ ਜਿੱਥੇ ਕਮਰੇ ਬਣੇ ਆ ਹਾਂ ਉਹ ਤੁਸੀਂ ਮੈਂ ਕਿਹਾ ਖਲੋ ਜਾਓ ਮੈਂ ਕਿਹਾ ਖੋਲ ਰੋਕਦੇ ਜਾਓ ਤੁਸੀਂ ਕੋਈ ਗੱਲ ਨੀ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਸਵਾਲ ਘਬਾੜੀਆਂ ਤੂੰ ਕਿਉਂ ਘਬਰਾਉਂਦਾ ਯਾਰ ਤੁਹਾਡੇ ਤਾਂ ਬਿਨਾਂ ਨੀ ਜਾਂਦੇ ਤੁਸੀਂ ਘਬਰਾਓ ਨਾ ਉਹ ਨਹੀਂ ਜੀ ਮਾਰਾ ਹੋਰ ਨਾ ਕਰੋ ਢੋਆ ਦਿਓ ਮੋਤੀਆ ਕੋਈ ਤੁਹਾਨੂੰ ਪਹਿਲਾਂ ਕਿਹਾ ਵੀ ਅਸੀਂ ਢਾਉਣਾ ਨੀ ਜਦ ਏਦਾਂ ਵਧੀਆ ਕੋਈ ਹੋਟਲ ਬਣਿਆ ਉਹ ਢਾਵਾਂਗੇ ਕਿਉਂ ਉਹਨੂੰ ਕਿਰਾਏ ਤੇ ਦਾਂਗੇ ਆਪਾਂ ਢਾਉਣਾ ਨੀ ਕੁਝ ਵੀ ਸਭ ਦੇਖਦੀ ਗੱਲ ਮੈਂ ਕਹਿੰਦਾ ਜੀ ਬਿਲਕੁਲ ਛਡਾਵਾਂਗੇ ਭਾਵੇਂ ਹੁਣ ਵਾਲਾ MLA ਭਾਵੇਂ ਪੁਰਾਣਾ ਭਾਵੇਂ ਉਹ ਤੋਂ ਵੀ ਪੁਰਾਣਾ ਸਮਝ ਦੇਖਦੀ ਗੱਲ 47 ਤੋਂ ਬਾਅਦ ਜਿੰਨੇ ਪੁਰਾਣੇ ਆ ਤੁਸੀਂ ਘਬਰਾਓ ਨਾ ਤੁਸੀਂ ਸਾਰੇ ਕੱਢ ਲੈਣੇ ਤੁਸੀਂ ਜੋ ਹੁਣ ਸ਼ੁਰੂ ਹੋ ਗਿਆ ਕੰਮ ਗੁਰੂ ਸਾਹਿਬ ਜੀ ਦਾ ਵੇਖੋ ਨਹੀਂ ਤੁਸੀਂ ਅਜੇ ਤੁਹਾਨੂੰ ਪਿੰਡ ਹੀ ਦਿਖਾਇਆ ਹੁਣ ਅਸਾਂ ਸਵਾਲ ਕਰੀਏ ਪਹਾੜੀਆਂ ਦਿਖਾਵਾਂਗੇ ਤੁਸੀਂ ਵੇਖੀ ਜਾਓ ਜਿਹੜੀ ਟੋਟਲ ਕਬਜ਼ੇ ਚ ਜਿਹੜੀ ਹੁਣ ਤੱਕ ਲੋਕਾਂ ਦੇ ਕਬਜ਼ੇ ਚ ਇੱਕ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਪੂਰੀ ਹਰ ਚੀਜ਼ ਆ ਗਈ ਸਾਡੇ ਕੋਲ ਜਿਹੜਾ 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 ਬਾਕੀ ਬਚਿਆ ਨਾ ਵਾਹੀ ਯੋਗ ਸ਼ਬਦ ਸੋਚੋ ਜਿਹੜੀ ਵਗਦੀ ਆ ਜਿਹੜੀ ਲੋਕਾਂ ਦੀ ਖੇਤੀ ਵਾਲੀ ਜ਼ਮੀਨ ਉਹ 21,103 ਏਕੜ ਨੇ ਜਿਹੜੇ ਅਜੇ ਹੀ ਕਬਜ਼ਾ ਲੈਣਾ ਹਾਂ 103 ਇਹ ਵਾਹੀ ਯੋਗ ਆ ਜਿਹੜੀ ਵਾਹੀ ਯੋਗ ਦੀ ਜਿੱਦਾਂ ਪਹਾੜ ਨੇ ਦਰਿਆਵਾਂ ਦੇ ਕੰਢੇ ਆ ਕਈ ਆ ਉਹ ਤਾਂ ਬਹੁਤ ਜ਼ਿਆਦਾ ਆ ਇਹ ਉਹ ਜ਼ਮੀਨ ਆ ਜਿਹੜੀ ਕਰੰਟਲੀ ਜਿੱਤੇ ਅਸੀਂ ਕੰਮ ਕਰ ਰਹੇ ਸਮਝ ਦੇਖਦੀ ਗੱਲ ਇਹ ਅਸੀਂ ਕਰੰਟਲੀ ਜਿੱਤੇ ਕਰ ਰਹੇ ਔਰ ਮੇਰਾ ਖਿਆਲ ਆ ਕਿ ਅਸੀਂ ਐਤਕਾ ਜਿਹੜੀ 10 ਜੂਨ ਤੱਕ ਇਹਦੇ ਚੋਂ 6,000 ਦੇ ਕਰੀਬ ਏਕੜ ਜਿਹੜੀ ਉਹ ਛੱਡਾ ਜਾਣੇ ਅਸੀਂ ਜਿਹੜੇ ਕਲੀਅਰ ਕਰਤੇ ਸੀ ਪੇਪਰ ਵਰਕ ਸਾਰਾ ਕੰਪਲੀਟ ਕਰਨਾ ਉਹ ਸਭ ਤੋਂ ਗੈਰ ਵਾਈ ਜੋਗ ਵੀ ਇਹ ਟੋਟਲ ਮਿਲਾ ਕੇ ਸਾਡੀ 50,000 ਬਣਦੀ ਸੀਗੀ 30,000 ਉਹ ਆ ਬਾਕੀ ਇਹ 20,000 ਦੇ ਇਕੱਲਾ ਰਸਤਾ ਨੀਗਾ ਜਿਹੜੀ ਉਹ ਜ਼ਮੀਨ ਆ ਪਤਾ ਕਿਹਦੀ ਉਹ ਜਿੱਥੇ ਕਮਰੇ ਬਣੇ ਆ ਹਾਂ ਉਹ ਤੁਸੀਂ ਤੁਸੀਂ ਮੈਂ ਕਿਹਾ ਖਲੋ ਜਾਓ ਮੈਂ ਕਿਹਾ ਖੋਲ ਰੋਕਦੇ ਜਾਓ ਤੁਸੀਂ ਕੋਈ ਗੱਲ ਨੀ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਸਵਾਲ ਘਬਾੜੀਆਂ ਤੂੰ ਕਿਉਂ ਘਬਰਾਉਂਦਾ ਯਾਰ ਤੁਹਾਡੇ ਤਾਂ ਬਿਨਾਂ ਨੀ ਜਾਂਦੇ ਤੁਸੀਂ ਘਬਰਾਓ ਨਾ ਉਹ ਨਹੀਂ ਜੀ ਮਾਰਾ ਹੋਰ ਨਾ ਕਰੋ ਢੋਆ ਦਿਓ ਮੋਤੀਆ ਕੋਈ ਤੁਹਾਨੂੰ ਪਹਿਲਾਂ ਕਿਹਾ ਵੀ ਅਸੀਂ ਢਾਉਣਾ ਨੀ ਜਦ ਏਦਾਂ ਵਧੀਆ ਕੋਈ ਹੋਟਲ ਬਣਿਆ ਉਹ ਢਾਵਾਂਗੇ ਕਿਉਂ ਉਹਨੂੰ ਕਿਰਾਏ ਤੇ ਦਾਂਗੇ ਆਪਾਂ ਢਾਉਣਾ ਨੀ ਕੁਝ ਵੀ ਸਭ ਦੇਖਦੀ ਗੱਲ ਮੈਂ ਕਹਿੰਦਾ ਜੀ ਬਿਲਕੁਲ ਛਡਾਵਾਂਗੇ ਭਾਵੇਂ ਹੁਣ ਵਾਲਾ MLA ਭਾਵੇਂ ਪੁਰਾਣਾ ਭਾਵੇਂ ਉਹ ਤੋਂ ਵੀ ਪੁਰਾਣਾ ਸਮਝ ਦੇਖਦੀ ਗੱਲ 47 ਤੋਂ ਬਾਅਦ ਜਿੰਨੇ ਪੁਰਾਣੇ ਆ ਤੁਸੀਂ ਘਬਰਾਓ ਨਾ ਤੁਸੀਂ